ਹੁਕਮ ਬਾਜੀ ਕੀ ਹਾਲ ਆ? ਬਾਜੀ ਬੜੀ ਪਰੇਸ਼ਾਨ ਆ ਮੈਂ ਤੇ। ਰਕਸ਼ੰਦਾ ਦਾ ਪਤਾ? ਉਹਦੀ ਨੂੰਹ ਤੀਸਰੇ ਦਿਨ ਲੜ ਕੇ ਚਲੇ ਗਈ। ਮੇਰੇ ਢਿੱਡ ਚ ਗੱਲ ਸੀ, ਮੈਂ ਕਿਆ ਕਰ ਲਾਂ ਕਿਸੇ ਨਾਲ। ਹਾਏ ਹਾਏ, ਕਿੰਨੀ ਮਾੜੀ ਗੱਲ ਆ। ਬਾਜੀ ਕਿਸੇ ਨੂੰ ਦੱਸਿਆ ਜੇ ਨਾ, ਸਿਰਫ ਤੁਹਾਡੇ ਨਾਲ ਗੱਲ ਕੀਤੀ ਆ। ਬਲਕੀਸ, ਮੇਰੀ ਆਦਤ ਨਹੀਂ ਗੀ, ਮਹੱਲੇ ਚ ਆਰਾਮ ਕਰ ਦਾਂਗੀ। ਚਲੋ ਬਾਜੀ ਫਿਰ ਚੱਲਦੀ ਆ ਮੈਂ, ਢਿੱਡ ਹੌਲਾ ਹੋ ਗਿਆ ਮੇਰਾ, ਤੰਗ ਸੀ ਬਹੁਤ ਦਿਨ ਦੀ ਮੈਂ। ਅਸਲਾਮੁਅਲੈਕੁਮ, ਕੀ ਹਾਲ ਆ, ਕੀ ਕਰ ਰਹੀ ਸੀ? ਵਾਲੇਕੁਮ ਸਲਾਮ, ਕੁਛ ਨਹੀਂ ਬਾਜੀ, ਬੈਠੀ ਸੀ ਅਜੇ, ਮਸਾਲਾ ਬਣਾਇਆ ਖਾਣ ਲਈ। ਤੁਸੀਂ ਦੱਸੋ। ਬਲਕੀਸ ਆਈ ਸੀ, ਕਹਿੰਦੇ ਰਕਸ਼ੰਦਾ ਦੀ ਨੂੰਹ ਤੀਸਰੇ ਦਿਨ ਹੀ ਲੜ ਕੇ ਚਲੇ ਗਈ। ਤੌਬਾ, ਤੇ ਬਾਜੀ ਉਹਦੇ ਬੰਦੇ ਨੇ ਕੁੱਟਿਆ ਉਹਨੂੰ ਬਹੁਤ। ਤਰਸ ਆਉਂਦਾ, ਚਲੇ ਜਾ, ਗੱਲ ਨਾ ਕਰਿਆ ਜਾ। ਹਾਂ ਹਾਂ, ਕਿੰਨੀ ਮਾੜੀ ਗੱਲ ਆ। ਕਿਸੇ ਨੂੰ ਨਾ ਦੱਸੀ, ਮੈਂ ਸਿਰਫ ਤੇਰੇ ਨਾਲ ਗੱਲ ਕੀਤੀ ਆ, ਅੱਗੇ ਨਾ ਕਰੀ। ਨਾ ਬਾਜੀ, ਮੇਰੀ ਆਦਤ ਨਹੀਂ ਗੀ, ਮੈਂ ਨਹੀਂ ਗੱਲ ਕਰਦੀ। ਅਸਲਾਮੁਅਲੈਕੁਮ ਬਾਜੀ, ਬਾਜੀ ਕੀ ਹਾਲ ਆ? ਅੱਜ ਜਿਹੜੀ ਰਕਸ਼ੰਦਾ ਦੀ ਨੂੰਹ ਆ ਨਾ, ਤੀਸਰੇ ਦਿਨ ਹੀ ਲੜ ਕੇ ਘਰ ਚਲੇ ਗਈ। ਦੱਸਿਆ ਜਾ ਨਾ ਕਿਸੇ ਨੂੰ। ਇਹਨਾਂ ਨੇ ਕਾਗਜ਼ ਕੂਗਜ਼ ਭਿਜਵਾ ਦਿੱਤੇ ਨੇ, ਤਲਾਕ ਹੋ ਗਈ ਹੈ। ਕਿਸੇ ਨੂੰ ਨਾ ਦੱਸੀ।